ਸੀਗਾ ਜੀ ਅੱਜ ਘਰ ਚ ਵਿਹਲੇ ਸਾਂ ਸੋ ਕਿਚਨ ਗਾਰਡਨ ਬਣਾਉਂਦਾ ਸੀ ਉਹਦੀ ਗਾਰਡਨਿੰਗ ਸ਼ੁਰੂ ਕੀਤੀ ਕਿਉਂਕਿ ਸਾਰੇ ਜਿਹੜੇ ਮੁਲਾਜ਼ਮ ਹੈ ਉਹਨਾਂ ਦੀ ਵੀ ਛੁੱਟੀ ਹੈ ਸੋ ਬੜਾ ਚੰਗਾ ਲੱਗਾ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਉੱਤਮ ਖੇਤੀ ਦਾ ਜਿਹੜਾ ਨਾਰਾ ਸੀ ਉੱਤਮ ਖੇਤੀ ਦੀ ਜਿਹੜੀ ਉਹਨਾਂ ਦੀ ਖੇਤੀ ਨੂੰ ਉੱਤਮ ਮੰਨਿਆ ਗਿਆ ਉਹ ਅੱਜ ਕਿਉਂਕਿ ਮੈਂ ਵੀ ਕਰੀਬ ਕਹਿ ਸਕਦੇ 15 ਸਾਲਾਂ ਬਾਅਦ ਕਈ ਹੱਥ ਛੜੀ ਹੋਣੀ ਧਿਆਨ ਹੀ ਨਹੀਂ ਦਿੱਤਾ ਜ਼ਿੰਦਗੀ ਪਰ ਬਹੁਤ ਚੰਗਾ ਲੱਗਾ ਸੋ ਆਓ ਸਾਰੇ ਜਿਹੜੇ ਵਿਹਲੇ ਨੇ ਘਰ ਦੇ ਵਿੱਚ ਉਹ ਕੁਛ ਨਾ ਕੁਛ ਘਰ ਦੇ ਵਿੱਚ ਪਰਿਵਾਰ ਦੇ ਨਾਲ ਮੇਰੀ ਵਾਈਫ ਵੀ ਲੱਗੀ ਸੀ ਥੋੜ੍ਹਾ ਥੋੜ੍ਹਾ ਸੋ ਕੁਛ ਨਾ ਕੁਛ ਕਰੀਏ ਤਾਂ ਕਿ ਸਿਹਤ ਵੀ ਠੀਕ ਰਹੇ ਇੱਕ ਨਵਾਂ ਤਜਰਬਾ ਜ਼ਿੰਦਗੀ ਦਾ ਕਿਉਂਕਿ ਮੈਂ ਮੇਰਾ ਖਿਆਲ 15 ਸਾਲ ਬਾਅਦ 20 ਸਾਲ ਬਾਅਦ ਕਈ ਖੜੀ ਹੋਈ ਸੋ ਬਹੁਤ ਚੰਗਾ ਲੱਗਾ ਪਰ ਆਦਤ ਹੈਗੀ ਹੈ ਜੇ ਵੀ ਲੱਗਦਾ ਜਿਹੜੀਆਂ ਉਸਤਾਦਾਂ ਦੀਆਂ ਖਾਧੀਆਂ ਹੋਣ ਨਾ ਉਹ ਜਾਂਦੀਆਂ ਨਹੀਂ ਹੈ ਕਿਉਂਕਿ ਚਾਚਾ ਜੀ ਹੁੰਦੇ ਸੀ ਬੜਾ ਕੁੱਟਮਾਰ ਕਰ ਦਿੰਦੇ ਜਦੋਂ ਕਈ ਚਲਾਉਣੀ ਤੇ ਕਈ ਬੁੜ ਕੇ ਆ ਕੇ ਪੈਰ ਵੱਢੇ ਜਾਣਾ ਆਪਣੇ ਆਪ ਹੀ ਪੱਠੇ ਵੱਢਣੇ ਹੱਥ ਵੱਢੇ ਜਾਣੇ ਸੋ ਅੱਜ ਉਹ ਦਿਨ ਸਾਰੇ ਚਿੱਤੇ ਆਏ ਖੈਰ ਇਹ ਮਹਾਂਮਾਰੀ ਦਾ ਸਾਰੇ ਘਰ ਰਹਿ ਕੇ ਘਰ ਦਾ ਕੋਈ ਕੰਮ ਕਰਕੇ ਟਾਈਮ ਪਾਸ ਕਰੂ ਸੋ ਇਸ ਕਰਕੇ ਸਾਰੇ ਘਰਾਂ 'ਚ ਰਹੋ ਜਿੰਨਾ ਚਿਰ ਸਾਡੇ ਕੋਈ ਪ੍ਰਸ਼ਾਸਨਿਕ ਅਧਿਕਾਰੀ ਇਹ ਨਹੀਂ ਆਉਂਦੇ ਕਿ ਤੁਸੀਂ ਬਾਹਰ ਜਾਣਾ ਕੋਈ ਜ਼ਰੂਰੀ ਕੰਮ ਹੈ ਉਹ ਵੀ ਬਹੁਤ ਸੋਚ ਸਮਝ ਗਏ ਕਿਉਂਕਿ ਕੱਲ੍ਹ ਜਿਹੜੀ ਭਾਈ ਨਿਰਮਲ ਸਿੰਘ ਜੀ ਜੋ ਸਾਡੇ ਸਿਰਮੌਰ ਕੀਰਤਨੀ ਸੀ ਬਦਮ ਸ਼੍ਰੀ ਸਾਡੀ ਕੌਮ ਦੇ ਬਹੁਤ ਵੱਡੇ ਇੱਕ ਕਹਿ ਲਓ ਕਿ ਸਾਡੇ ਅਨਮੋਲ ਹੀਰੇ ਸੀ ਮੋਹ ਰਤਨ ਸੀ ਕੱਲ੍ਹ ਜਦੋਂ ਉਹਨਾਂ ਦੀ ਇਸ ਬਿਮਾਰੀ ਕਰਕੇ ਮੌਤ ਹੋ ਗਈ ਤਾਂ ਇੱਕ ਗੱਲ ਸਾਰਿਆਂ ਨੂੰ ਸਮਝ ਲੈਣੀ ਚਾਹੀਦੀ ਹੈ ਕਿ ਜਿਹੜਾ ਵਾਇਰਸ ਹੈ ਕਿੰਨਾ ਭਿਅੰਕਰ ਹੋਏਗਾ ਕਿਉਂਕਿ ਜਿਹੜੇ 24 ਘੰਟੇ ਪਰਮਾਤਮਾ ਦਾ ਨਾਲ ਹੀ ਜਿਨ੍ਹਾਂ ਨੂੰ ਨਾਲ ਲੈ ਕੇ ਸਾਡੀ ਸਾਰੀ ਸ੍ਰਿਸ਼ਟੀ ਚੱਲਦੀ ਹੈ ਜਿਨ੍ਹਾਂ ਦਾ ਨਾਂ ਲੈ ਕੇ ਅਸੀਂ ਲੋਕ ਇਹ ਸਮਝਦੇ ਹਾਂ ਕਿ ਅਸੀਂ ਇਹਨਾਂ ਦੇ ਦਰਸ਼ਨ ਕਰ ਲਏ ਅਤੇ ਪਰਮਾਤਮਾ ਦੇ ਦਰਸ਼ਨ ਕਰ ਲਏ ਜੋ ਵੀ ਸਾਡੇ 'ਚ ਨਹੀਂ ਰਹੇ ਔਰ ਦੁੱਖ ਇਸ ਗੱਲ ਦਾ ਲੱਗਾ ਵੀ ਜਦੋਂ ਉਹਨਾਂ ਦਾ ਸੰਸਕਾਰ ਕਰਨ ਲੱਗੇ ਅੰਤਿਮ ਸੰਸਕਾਰ ਹੋਣ ਲੱਗਾ ਤਾਂ ਉਦੋਂ ਵੀ ਕੁਛ ਲੋਕਾਂ ਨੇ ਜਿਹੜੇ ਸ਼ਾਇਦ ਕਿਸੇ ਧਰਮ ਨਾਲ ਬਿਲੋਂਗ ਨਹੀਂ ਕਰਦੇ ਹੋ ਸਕਦੇ ਉਹਨਾਂ ਨੇ ਵੀ ਇਸ ਚੀਜ਼ ਦਾ ਵਿਰੋਧ ਕੀਤਾ ਔਰ ਉਹਨਾਂ ਵੀ ਇਹ ਨਹੀਂ ਪਤਾ ਕਿ ਸਾਡੇ ਤੋਂ ਬਾਅਦ ਇਹ ਵਾਇਰਸ ਖਤਮ ਹੋ ਜਾਂਦਾ ਪਰ ਮੁਸ਼ਕਿਲ ਇਸ ਗੱਲ ਦੀ ਹੈ ਉਹ ਲੋਕ ਆਪਣੀ ਜਗ੍ਹਾ ਠੀਕ ਹੈ ਕਿਉਂਕਿ ਅਸੀਂ ਉਹਨਾਂ ਨੂੰ ਪੜ੍ਹਾ ਹੀ ਨਹੀਂ ਸਕੇ ਅਸੀਂ ਉਹਨਾਂ ਨੂੰ ਇੰਨੀ ਸਿੱਖਿਆ ਦੇ ਹੀ ਨਹੀਂ ਸਕੇ ਕਿ ਉਹ ਲੋਕ ਇਸ ਗੱਲ ਨੂੰ ਸਮਝ ਪਾਉਂਦੇ ਕਿਸ ਸ਼ਖਸ ਦਾ ਸੰਸਕਾਰ ਹੋਣ ਜਾ ਰਿਹਾ ਕਿਸ ਮਹਾਂਪੁਰਸ਼ ਦਾ ਹੋਣ ਜਾ ਰਿਹਾ ਚਲੋ ਅਸੀਂ ਵਿੱਚ ਸ਼ਾਮਿਲ ਨਹੀਂ ਹੋ ਸਕਦੇ ਕਿਉਂਕਿ ਸਾਰੇ ਨੂੰ ਅੰਦਰ ਰਹਿਣਾ ਪਰ ਘੱਟੋ ਘੱਟ ਜਗ੍ਹਾ ਦਾ ਦੇਣ ਦਾ ਵਿਰੋਧ ਨਾ ਕਰਦੇ ਸੋ ਇਸ ਗੱਲ ਦਾ ਮੈਨੂੰ ਵੀ ਬਹੁਤ ਦੁੱਖ ਲੱਗਾ ਔਰ ਦੂਜੇ ਬੰਨੇ 'ਚ ਮੈਂ ਗੱਲ ਕਰਾਂ ਕਿ ਪਰਮਾਤਮਾ ਹੀ ਕੋਈ ਅਜਿਹੀ ਸ਼ਕਤੀ ਹੈ ਦੁਨੀਆ 'ਤੇ ਕਹਿ ਸਕਦੇ ਹਾਂ ਕਿ ਜਿਵੇਂ ਉਹਨਾਂ ਨੂੰ ਉਹਨਾਂ ਦਾ ਫਲ ਮਿਲਣਾ ਹੁੰਦਾ ਜੇ ਉੱਥੇ ਉਹਨਾਂ ਦਾ ਸੰਸਕਾਰ ਹੋ ਜਾਂਦਾ ਤਾਂ ਸ਼ਾਇਦ ਕੋਈ ਬਹੁਤ ਧਿਆਨ ਨਾ ਦਿੰਦਾ ਹੁਣ ਉਹਨਾਂ ਵਾਸਤੇ ਜਿਹੜੀ ਜਗ੍ਹਾ ਦਾਨ ਦਿੱਤੀ ਗਈ ਆ ਜਿਹੜੀ ਜਗ੍ਹਾ ਦਿੱਤੀ ਗਈ ਹੈ ਸ਼ਾਇਦ ਉਹਦੇ 'ਤੇ ਕੋਈ ਉਹਨਾਂ ਦੀ ਯਾਦਗਾਰ ਬਣੇ ਔਰ ਅਸੀਂ ਸਾਰੇ ਰਲ ਕੇ ਰਹੇ ਤਾਂ ਜ਼ਰੂਰ ਬਣਾਵਾਂਗੇ ਔਰ ਉਹਨਾਂ ਨੂੰ ਹਮੇਸ਼ਾ ਜ਼ਿੰਦਗੀ 'ਚੋਂ ਯਾਦ ਵੀ ਰਹੇਗਾ ਔਰ ਇਹ ਵੀ ਗੱਲ ਆਈ ਸਾਹਮਣੇ ਕਿ ਬਹੁਤ ਲੋਕ ਸੱਜਣ ਅੱਗੇ ਆਏ ਜਿਨ੍ਹਾਂ ਨੇ ਕਿਹਾ ਕਿ ਸਾਡੀ ਜਗ੍ਹਾ 'ਤੇ ਤੁਸੀਂ ਸੰਸਕਾਰ ਕਰ ਲਓ ਅਸੀਂ ਜਗ੍ਹਾ ਵੀ ਦੇ ਰਹੇ ਇਹ ਵੀ ਇੱਕ ਮਾਣ ਦੀ ਗੱਲ ਹੈ ਸੋ ਜਿੱਥੇ ਉਹਨਾਂ ਨੇ ਆਪਣੀ ਵਿਰੋਧ ਕਰਕੇ ਕਹਿ ਸਕਦੇ ਕੋਈ ਡਿਊਟੀ ਨਿਭਾਈ ਹੈ ਉੱਥੇ ਉਹਨਾਂ ਨੇ ਆਪਣੀ ਡਿਊਟੀ ਪ੍ਰਸ਼ਾਸਨ ਨੇ ਔਰ ਉਹਨਾਂ ਦਾਨੀ ਸੱਜਣਾਂ ਨੇ ਵੀ ਬਹੁਤ ਨਿਭਾਈ ਜਿਨ੍ਹਾਂ ਨੇ ਖੁਦ ਅੱਗੇ ਆ ਕੇ ਪ੍ਰਸ਼ਾਸਨ ਨੂੰ ਫੋਨ ਕੀਤਾ ਕਿ ਸਾਡੀ ਜਗ੍ਹਾ ਵੀ ਅਤੇ ਵੀ ਤੁਸੀਂ ਦਾਨ ਸੰਸਕਾਰ ਕਰ ਸਕਦੇ ਜੀ ਭਾਈ ਸਾਹਿਬ ਦਾ ਸੋ ਖੈਰ ਘਰ 'ਚ ਰਹਿ ਕੇ ਆਪਾਂ ਹੁਣ ਸਾਰੇ ਇਸ ਬਿਮਾਰੀ ਤੋਂ ਬਚੀਏ ਇਹ ਤਾਂ ਆਪਾਂ ਨੂੰ ਪਤਾ ਲੱਗ ਹੀ ਗਿਆ ਕਿ ਕਿੰਨੀ ਖਤਰਨਾਕ ਬਿਮਾਰੀ ਹੈ ਸੋ ਮੈਨੂੰ ਲੱਗਦਾ ਆ ਕਿ ਲੰਬਾ ਚੱਲਣਾ ਪਏਗਾ ਪਰ ਕਿਸੇ ਗਰੀਬ ਦੀ ਕਿਸੇ ਬੇਰੁਜ਼ਗਾਰ ਦੀ ਜਿਹਦੇ ਘਰ ਦਾਣੇ ਨਹੀਂ ਹੈਗੇ ਕਿਰਪਾ ਕਰਕੇ ਉਹਨੂੰ ਕੁਛ ਨਾ ਕੁਛ ਉਹਦੇ ਮੂੰਹ 'ਚ ਜਿੰਨੇ ਵੀ ਲਾਗੇ ਹੋਣਗੇ ਦਾਨੀ ਸੱਜਣ ਜ਼ਰੂਰੀ ਨਹੀਂ ਕਿ ਵੱਡੀਆਂ ਕੋਠੀਆਂ ਵਾਲੇ ਵੱਡੇ ਕਾਰਾਂ ਵਾਲੇ ਜਾਂ ਵੱਡੇ ਲੋਕ ਦਾਨ ਕਰ ਸਕਦੇ ਆ ਨਹੀਂ ਉਹ ਵੀ ਦਾਨੀ ਹੋ ਸਕਦਾ ਜਿਹੜਾ ਘਰ 'ਚ 5 ਪੱਕੀਆਂ ਹੋਣਗੀਆਂ ਅਤੇ ਦੋ ਉਹਨੂੰ ਕਹਿ ਦੂਗਾ ਭਾਈ ਦੋ ਤੂੰ ਖਾ ਕੇ ਗੁਜ਼ਾਰਾ ਕਰ ਲੈ ਇਹ ਵੀ ਦਾਨੀ ਹੋ ਸਕਦਾ ਉਹ ਵੀ ਉਹ ਹੋਰ ਮਹੱਤਵਪੂਰਨ ਹੈ ਕਿਉਂਕਿ ਸਾਧਨ ਹੁੰਦੇ ਆ ਕਿਸੇ ਨੂੰ ਦਾਨ ਦੇਣਾ ਬਹੁਤ ਆਸਾਨ ਹੈ ਪਰ ਉਹ ਵੀ ਰੱਬ ਨੇ ਕਿਸੇ ਨੂੰ ਬਖਸ਼ਿਆ ਗਈਆਂ ਉਹ ਬਹੁਤ ਮੈਂ ਦੇਖਣ ਡਿਆ ਕਿ ਬੜੇ ਵੱਡੇ ਧਨਾੜ ਨੇ ਪਰ ਉਹ ਇਸ ਵੇਲੇ ਕਾਫੀ ਹੱਦ ਤੱਕ ਜਿਗਰਾ ਹੀ ਨਹੀਂ ਕੱਢ ਪਾਉਂਦੇ ਬਹੁਤ ਬਹੁਤ ਖੁਸ਼ ਹੈ ਸੋ ਬਹੁਤ ਸਾਰੇ ਰਲ ਕੇ ਇਸ ਬਿਮਾਰੀ ਦਾ ਮੁਕਾਬਲਾ ਕਰੀਏ
ਘਰਾਂ 'ਚ ਰਹੀਏ ਅਤੇ ਸੁਰੱਖਿਅਤ ਰਹੀਏ। All World Open Challenge 17 time gold medalist Mia Rafiq Mohammed Pandit Maulvi Begum Tantrik inna chora thagga to saavdan specialist Vashikaran Satta number love marriage pati patni ch anban videsh ch pakka hona karobar da na chalna sirf 31 ghantiyan vich samadhan free 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 Mia Rafiq Mohammed mobile 84374 94647 84374 94648।